ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਨੇ ਖਾਲਸਾ ਚੈਨਲ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਸ਼ਾਨੇ ਖਾਲਸਾ ਚੈਨਲ ਤੇ ਪ੍ਰਸਾਰਿਤ ਹੋਣ ਵਾਲੇ ਸਾਰੇ ਪ੍ਰੋਗਰਾਮ ਅਖੀਰ ਤੱਕ ਜ਼ਰੂਰ ਵੇਖਿਆ ਕਰੋ, ਨਾਲ ਹੀ ਲਾਈਕ ਵੀ ਜ਼ਰੂਰ ਕਰਦਿਆ ਕਰੋ ਤਾਂ ਜੋ ਸਾਡੀ ਟੀਮ ਨੂੰ ਅੱਗੇ ਕੰਮ ਕਰਨ ਦੀ ਹੌਸਲਾ ਅਫਜ਼ਾਈ ਮਿਲਦੀ ਰਹੇ। ਸਾਡਾ ਅੱਜ ਦਾ ਪ੍ਰੋਗਰਾਮ ਹੈ ਖਾਲਸਾ ਖਾਸ, ਜਿਹਦੇ ਵਿੱਚ ਅੱਜ ਜਿਹੜੀ ਸ਼ਖਸੀਅਤ ਨੂੰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹ ਬੜੇ ਹੀ ਪਿਆਰ ਵਾਲੇ ਨੇ। ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਨੂੰ ਹਮੇਸ਼ਾ ਹੀ ਇੱਛੁਕ ਰਹਿੰਦੀਆਂ ਨੇ। ਸੋ ਅੱਜ ਜਿਹੜੀ ਸ਼ਖਸੀਅਤ ਤੁਹਾਡੇ ਸਾਹਮਣੇ ਹੈ ਉਹਨਾਂ ਦਾ ਨਾਂ ਹੈ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਖਾਲਸਾ ਖਾਸ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜੈ ਬਿਦ ਜਲ ਕੋ ਮੀਨ। ਖਾਲਸਾ ਖਾਸ ਪ੍ਰੋਗਰਾਮ ਵਿੱਚ ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਉਹ ਬੜੇ ਹੀ ਪਿਆਰ ਵਾਲੀ ਤੇ ਸਤਿਕਾਰ ਵਾਲੀ ਰੂਹ ਨੇ। ਜੀ ਹਾਂ, ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਸ਼ਾਨੇ ਖਾਲਸਾ ਚੈਨਲ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਆਪ ਜੀ ਬੜੇ ਸੁਲਝੀ ਹੋਈ ਸ਼ਖਸੀਅਤ ਦੇ ਮਾਲਕ ਹੋ, ਸੰਗਤਾਂ ਬੜੇ ਹੀ ਪਿਆਰ ਨਾਲ ਆਪ ਜੀ ਨੂੰ ਸੁਣਦੀਆਂ ਨੇ, ਕਿਉਂਕਿ ਆਪ ਜੀ ਦੇ ਸਮਝਾਉਣ ਦਾ ਤਰੀਕਾ, ਸ਼ਬਦ ਵਿਚਾਰ ਕਰਨ ਦਾ ਤਰੀਕਾ, ਗੁਰਬਾਣੀ ਵਿਆਕਰਨ ਕਰਨ ਦਾ ਤਰੀਕਾ, ਸਭ ਕੁਛ ਵੱਖਰਾ, ਨਵੀਕਲਾ ਤੇ ਬੜਾ ਹੀ ਨਿਹਾਲ ਕਰਨ ਵਾਲਾ ਹੈ। ਅੱਜ ਜਿਹੜੇ ਵਿਸ਼ੇ ਤੇ ਖਾਲਸਾ ਖਾਸ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਕੋਲ ਆਏ ਹਾਂ ਉਹ ਵਿਸ਼ਾ ਹੈ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ, ਯਾਨੀ ਕਿ ਨੌਵੇਂ ਮਹੱਲੇ ਦੀ ਬਾਣੀ। ਇਸ ਬਾਣੀ ਦਾ ਸਾਰਾਂਸ਼ ਜਾਣਨਾ ਚਾਹਾਂਗੇ ਤੇ ਪੂਰੀ ਬਾਣੀ ਦਾ ਜੋ ਕੰਕਲੂਡ ਹੈ ਉਹ ਕੀ ਹੈ? ਸਾਰੀ ਬਾਣੀ ਦਾ ਮੇਨ ਨਿਸ਼ਾਨਾ ਜੀਵ ਨੂੰ ਪਰਮਾਤਮਾ ਨਾਲ ਜੋੜਨਾ ਔਰ ਇਸ ਮਨੁੱਖਾ ਜਨਮ ਦੀ ਸਫਲਤਾ ਲਈ ਪ੍ਰੇਰਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਮੁਤਾਬਕ 84 ਲੱਖ ਜੋਨ ਸਬਾਈ, ਮਾਣਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਮਹਾਰਾਜ ਨੇ ਪੌੜੀ ਸ਼ਬਦ ਵਰਤਿਆ, ਇਹ ਆਮ ਸਾਡੀ ਗੱਲਬਾਤ ਦਾ ਹਿੱਸਾ ਹੈ। ਮਕਾਨ ਦੀ ਛੱਤ ਤੇ ਪਹੁੰਚਣਾ ਹੋਵੇ ਤੇ ਪੌੜੀ ਦਾ ਆਸਰਾ ਲੈਣਾ ਪੈਂਦਾ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਹੀ ਐਸਾ ਹੈ ਜਿਹਦੇ ਵਿੱਚ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਹੋਰ ਕਿਸੇ ਜੂਨੀ ਵਿੱਚ ਇਹ ਕਾਰਜ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਰੀ ਗੁਰਬਾਣੀ ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਜੀਵ ਨੂੰ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਕਰਦੀ। ਇਹ ਹੈ ਬਾਣੀ ਦਾ ਮੇਨ ਉਦੇਸ਼ ਆਸਰਾ। ਜੇ ਅਸੀਂ ਵਿਸਥਾਰ ਵਿੱਚ ਆਈਏ, ਕਿਉਂਕਿ ਲੋਕ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਫਸੇ ਹੋਏ, ਗੁਰੂ ਨਾਨਕ ਪਾਤਸ਼ਾਹ ਇੱਕ ਪਹਿਲੇ ਐਸੇ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਮਹਾਂਪੁਰਸ਼ ਆਏ ਜਿਨ੍ਹਾਂ ਨੇ ਸਾਨੂੰ ਇਸ ਦੇਵ ਪੂਜਾ ਦੇ ਜਾਲ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਉਹਨਾਂ ਦਾ ਸੰਦੇਸ਼ ਤੇ ਉਦੇਸ਼ ਇਹ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਔਰ ਸਾਰੀ ਬਾਣੀ ਵਿੱਚ ਤੁਸੀਂ ਇੱਕ ਦੀ ਗੱਲ ਕੀਤੀ, ਇਹ ਠੀਕ ਹੈ ਕਿ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਗੁਰੂ ਪਾਤਸ਼ਾਹ ਨੇ ਪ੍ਰਮਾਣ ਤੇ ਦਿੱਤੇ ਹਨ, ਪਰ ਨਿਚੋੜ ਇਹੋ ਹੀ ਕੱਢਿਆ। ਜਿਵੇਂ ਜਪਜੀ ਸਾਹਿਬ ਚ ਇੱਕ ਪੌੜੀ ਆਉਂਦੀ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਬਾਣੀ ਨੂੰ ਪੜ੍ਹਨ ਤੇ ਉਹਦੇ ਤੱਤ ਸਾਰ ਨੂੰ ਜਾਣਨ ਦੇ ਇੱਛਕ ਨਹੀਂ ਰਹੇ। ਬਹੁਤ ਸਾਰੇ ਲੋਕ ਵੇਖੋ ਜੀ ਬਾਣੀ ਵਿੱਚ ਇਹ ਲਿਖਿਆ, ਪਰ ਅਰਦਾਸ ਨੂੰ ਇਹ ਸਮਝ ਆਈਏ ਕਿ ਬਾਣੀ ਨੂੰ ਸਮਝਣ ਵਾਸਤੇ ਬਾਣੀ ਦਾ ਉਹ ਨਜ਼ਰੀਆ ਸਮਝਣਾ ਪਵੇਗਾ ਜੋ ਬਾਣੀ ਰਚਨ ਹਾਰਿਆਂ ਨੇ ਨਜ਼ਰੀਆ ਦਿੱਤਾ। ਉਹ ਇਹ ਹੈ ਕਿ ਪ੍ਰਮਾਣ ਦੇ ਕੇ ਸਮਝਾ ਕੇ ਪੁੱਲੇ ਭਟਕੇ ਮਨੁੱਖ ਨੂੰ ਪਰਮਾਤਮਾ ਨਾਲ ਜੋੜ। ਇਸ ਲਈ ਪ੍ਰਮਾਣ ਤੇ ਕਈ ਦਿੱਤੇ ਨੇ, ਵੇਦਾਂ ਦੇ, ਪੁਰਾਣਾਂ ਦੇ, ਸਿਮਰਤੀਆਂ ਦੇ, ਸ਼ਾਸਤਰਾਂ ਦੇ, ਮਿਥਿਹਾਸ ਦੇ, ਪਰ ਉਹਦਾ ਨਿਚੋੜ ਇਹੋ ਹੀ ਹੈ।
ਉਹਨਾਂ ਦੀ ਬਾਣੀ ਦਾ ਵੀ ਵਿਸ਼ੇਸ਼ ਸਬਜੈਕਟ ਵਿਸ਼ਾ ਇਹੀ ਹੈ ਕਿ ਕਾਹਿਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੋਹਪ ਮੱਧ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਤੋ ਮੈਂ ਬੇਨਤੀ ਕਰ ਰਿਹਾ ਸੀ ਕਿ ਬਾਣੀ ਵਿੱਚ ਪਹਿਲਾਂ ਕਈ ਪ੍ਰਚਲਿਤ ਗੱਲਾਂ ਦਾ ਹਵਾਲਾ ਦਿੱਤਾ ਕਿਉਂਕਿ ਪ੍ਰਚਲਿਤ ਗੱਲਾਂ ਆਮ ਲੋਕ ਸੁਣਦੇ ਨੇ ਜਾਣਦੇ ਨੇ ਇਸ ਲਈ ਉਹਨਾਂ ਨੂੰ ਉਹਨਾਂ ਦੇ ਹਵਾਲੇ ਨਾਲ ਛੇਤੀ ਗੱਲ ਸਮਝ ਆ ਜਾਂਦੀ ਪਾਤਸ਼ਾਹ ਨੇ ਕਿਹਾ ਏਕਾ ਮਾਈ ਜੁਗਤ ਵਿਆਈ ਕਈ ਤਾਂ ਇਹਨੂੰ ਵਿਆਈ ਨੂੰ ਵਿਆਈ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਵਿਆਈ ਦਾ ਕੀ ਮਤਲਬ ਹੈ ਵਿਆਈ ਦਾ ਮਤਲਬ ਹੈ ਪ੍ਰਸੂਤਾ ਹੋਈ ਡਿਲੀਵਰੀ ਹੋਈ ਏਕ ਮਾਈ ਮਾਇਆ ਕੋ ਡਿਲੀਵਰੀ ਹੋਈ ਜੁਗਤੀ ਸੀ ਤਿੰਨ ਚੇਲੇ ਪ੍ਰਵਾਨ ਉਹਦੇ ਤਿੰਨ ਪਰਮਾਣਿਕ ਚੇਲੇ ਪੁੱਤਰ ਬੱਚੇ ਕਹੇ ਜਾਂਦੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਪਰ ਮਹਾਰਾਜ ਕਹਿੰਦੇ ਨੇ ਉਹ ਆਪ ਕੁਝ ਨਹੀਂ ਕਰ ਸਕਦੇ ਜਿਵ ਤਿਸ ਭਾਵੈ ਤਿਵੈ ਚਲਾਵੈ ਉਹਨਾਂ ਨੂੰ ਚਲਾਉਣ ਵਾਲਾ ਉਹ ਵਾਹਿਗੁਰੂ ਅਕਾਲ ਪੁਰਖ ਹੈ ਤੋ ਸਾਰੀ ਗੁਰਬਾਣੀ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਇੱਕ ਹੈ ਸਰਵ ਸ਼ਕਤੀਵਾਨ ਹੈ ਔਰ ਸਾਡੇ ਅੰਦਰ ਵਿਰਾਜਮਾਨ ਹੈ ਬਸ ਉਸਨੂੰ ਖੋਜਣ ਦੀ ਲੋੜ ਹੈ ਪਰ ਖੋਜਣ ਵਾਸਤੇ ਵੀ ਘੱਟ ਹੀ ਖੋਜੋ ਪਾਈ ਆਪਣੇ ਅੰਦਰ ਹੀ ਪੜਚੋਲ ਕਰਨੀ ਪਵੇ ਜਿਸ ਦਿਨ ਅਸੀਂ ਆਪਣੇ ਅੰਦਰ ਪੜਚੋਲ ਕਰ ਲਈ ਫਿਰ ਬਾਹਰ ਭੀਤਰ ਏਕੋ ਜਾਣੋ ਜਿਸ ਨੂੰ ਆਪਣੇ ਅੰਦਰੋਂ ਲੱਭ ਜਾਂਦਾ ਉਹਨੂੰ ਫਿਰ ਬਾਹਰ ਵੀ ਉਹੀ ਨਜ਼ਰ ਆਉਂਦਾ ਪਰ ਇਹ ਹੁੰਦਾ ਕਦੋਂ ਹੈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਕਾਈ ਕੀ ਹੁੰਦੀ ਹੈ ਪਾਣੀ ਦੇ ਉੱਤੇ ਇੱਕ ਹਰੇ ਹਰੇ ਰੰਗ ਦਾ ਬੂਰ ਆ ਜਾਂਦਾ ਪਾਣੀ ਦਾ ਤਲਾਬ ਛੱਪੜ ਭਰਿਆ ਪਿਆ ਪਰ ਉਹਦੇ ਉੱਤੇ ਉਹ ਜਿਹੜੀ ਕਾਈ ਹੈ ਉਹ ਆ ਜਾਏ ਤੇ ਪਾਣੀ ਨੂੰ ਲੁਕੋ ਲੈਂਦੀ ਇਸੇ ਤਰ੍ਹਾਂ ਜਿਹੜਾ ਭਰਮ ਦੀ ਕਾਈ ਹੈ ਉਹ ਸਾਡੇ ਅੰਦਰ ਵਸਦੇ ਪਰਮਾਤਮਾ ਨੂੰ ਜਾਣਨ ਨਹੀਂ ਦਿੰਦੀ ਉਹ ਪੂਰੇ ਗੁਰੂ ਦੀ ਕਿਰਪਾ ਨਾਲ ਦੂਰ ਹੁੰਦੀ ਹੁਣ ਆਮ ਬੰਦਿਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਮੈਂ ਇਹਨੂੰ ਸੌਖਾ ਕਰਕੇ ਸਮਝਾਉਣਾ ਕਿ ਦੀਵਾ ਭਲੇ ਅੰਧੇਰਾ ਜਾਏ ਜੇ ਹਨੇਰੇ ਨੂੰ ਦੂਰ ਕਰਨਾ ਹੋਵੇ ਕੋਈ ਡਾਂਗਾਂ ਨਾਲ ਤਲਵਾਰਾਂ ਨਾਲ ਕਿਰਪਾਨਾਂ ਨਾਲ ਆਖੇ ਵੱਢਦੀ ਹੈ ਹਨੇਰਾ ਨਹੀਂ ਵੱਢਿਆ ਜਾਂਦਾ ਉਹਦਾ ਇੱਕੋ ਇੱਕ ਇਲਾਜ ਹੈ ਕਿ ਦੀਵਾ ਬਾਲੋ ਹਨੇਰਾ ਦੂਰ ਗੁਰੂ ਦਾ ਜਿਹੜਾ ਗਿਆਨ ਹੈ ਉਹ ਸਾਨੂੰ ਸਮਝਾਉਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਤੋ ਬਾਣੀ ਦਾ ਗਿਆਨ ਇਤਨਾ ਸਰਲ ਹੈ ਇਤਨਾ ਸੁਖੈਨ ਹੈ ਲੋਕ ਕਹਿੰਦੇ ਨੇ ਕੋਈ ਪੜ੍ਹਿਆ ਲਿਖਿਆ ਹੋਵੇ ਬਾਣੀ ਕਹਿੰਦੀ ਨਹੀਂ ਜਿਹੜਾ ਬਾਣੀ ਨੂੰ ਯਾਦ ਕਰੇਗਾ ਬਾਣੀ ਦੀ ਸਿੱਖਿਆ ਤੇ ਉਹ ਭਾਵੇਂ ਪੜ੍ਹਿਆ ਅਨਪੜ੍ਹਿਆ ਉਹਦੀ ਪਰਮ ਗਤੀ ਹੋ ਜਾਏ ਜੀ ਬਿਲਕੁਲ ਬਾਣੀ ਦਾ ਗਿਆਨ ਬੜਾ ਹੀ ਸਰਲ ਤੇ ਸੁਖਦ ਹੈਗਾ ਹਾਂ ਉਹਦੀ ਅਵਸਥਾ ਉੱਚੀ ਹੋ ਜਾਏ ਜੀ ਤੋ ਗੁਰੂ ਸਾਹਿਬ ਦੀ ਬਾਣੀ ਦਾ ਅਸੀਂ ਉਸਨੂੰ ਵੱਖ ਵੱਖ ਨਹੀਂ ਗਿਣਦੇ ਇੱਕ ਉਰਦੂ ਦੇ ਸ਼ਾਇਰ ਖਵਾਜਾ ਦਿਲ ਮੁਹੰਮਦ ਹੋਏ ਨੇ ਉਹਨਾਂ ਨੇ ਜਪਜੀ ਸਾਹਿਬ ਦਾ ਸਟੀਕ ਲਿਖਿਆ ਉਹਨਾਂ ਨੇ ਘਰਾਂ ਵਿੱਚ ਕਵਿਤਾ ਲਿਖੀ ਹੈ ਉਹ ਕਹਿੰਦੇ ਦਸ ਫੂਲ ਖਿਲੇ ਇੱਕ ਗੁੰਚੇ ਮੈਂ ਉਹਨੂੰ ਸਭ ਕੀ ਚਟਕ ਤੋਂ ਇੱਕ ਹੀ ਹੈ ਦਸ ਗੌਹਰ ਹੋ ਇੱਕ ਮਾਲਾ ਮੈਂ ਉਹਨੂੰ ਸਭ ਕੀ ਫਟਕ ਤੋਂ ਇੱਕ ਹੀ ਹੈ ਦਸ ਸੰਤ ਮਿਲੇ ਦਸ ਰੂਪੋ ਮੈਂ ਸੀਨੇ ਕੀ ਭੜਕ ਤੋਂ ਇੱਕ ਹੀ ਹੈ ਦਸੋ ਗੁਰੂ ਸਾਹਿਬਾਨ ਦਾ ਆਸਾ ਉਦੇਸ਼ ਜਿਹੜਾ ਉਹ ਇੱਕੋ ਹੀ ਹੈ ਉਹ ਹੈ ਮਨੁੱਖਤਾ ਨੂੰ ਉਸ ਅਕਾਲ ਪੁਰਖ ਨਾਲ ਜੋੜਨਾ ਤੇ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਪਿਆਰ ਕਰਨਾ ਇਹ ਹੈ ਗੁਰਬਾਣੀ ਦਾ ਉਦੇਸ਼ ਇੱਕੋ ਹੀ ਹੈ ਜਾਣਨਾ ਚਾਹਾਂਗੇ ਗੁਰੂ ਸਾਹਿਬ ਜੀ ਨੇ ਇਹ ਬਾਣੀ ਕਦੋਂ ਤੇ ਕਿੱਥੇ ਉਚਾਰੀ ਦੇਖੋ ਅਸੀਂ ਉਹ ਜਾਣਕਾਰੀ ਦੇ ਸਕਦੇ ਹਾਂ ਜਿਹੜੀ ਸਾਨੂੰ ਇਤਿਹਾਸ ਵਿੱਚੋਂ ਮਿਲ ਗਈ
ਬਾਕੀ ਹਰ ਸ਼ਬਦ ਦੇ ਨਾਲ ਐਸੀ ਕੋਈ ਉਥਾਨਕਾ ਨਹੀਂ ਲੱਭੀ ਅੱਜ ਤੱਕ ਕਿ ਭਈ ਇਹ ਸ਼ਬਦ ਮਹਾਰਾਜ ਨੇ ਕਦੋਂ ਕਿੱਥੇ ਉਚਾਰੇ। ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਜਿਹੜੇ ਨੌਵੇਂ ਮਹਿਲੇ ਦੇ ਸਲੋਕ ਨੇ ਜਿਨ੍ਹਾਂ ਦਾ ਆਮ ਤੌਰ 'ਤੇ ਭੋਗ ਸਮੇਂ ਪਾਠ ਕੀਤਾ ਜਾਂਦਾ, ਇਹ ਜਦੋਂ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੀ ਕੈਦ ਵਿੱਚ ਸਨ ਉਸ ਵੇਲੇ ਮਹਾਰਾਜ ਨੇ ਇਹ ਸਲੋਕ ਲਿਖ ਕੇ ਭੇਜੇ ਸਨ। ਉਹਦੇ ਦੋਵੇਂ ਮਕਸਦ ਸਨ ਕਿ ਪਰਿਵਾਰ ਨੂੰ ਧੀਰਜ ਵੀ ਦੇਣਾ, ਪਰ ਗੁਰੂਆਂ ਦਾ ਪਰਿਵਾਰ ਸਿਰਫ ਉਹਨਾਂ ਦੇ ਬੱਚਿਆਂ ਜਾਂ ਪਤਨੀ ਪਤੀ ਤੱਕ ਨਹੀਂ ਹੁੰਦਾ, ਉਹਨਾਂ ਦਾ ਪਰਿਵਾਰ ਅਸੀਂ ਸਾਰੇ। ਇਸ ਲਈ ਉਹਨਾਂ ਦੀ ਬਾਣੀ ਦਾ ਉਪਦੇਸ਼ ਜਿਹੜਾ ਉਹ ਹਰ ਪ੍ਰਾਣੀ ਮਾਤਰ ਵਾਸਤੇ। ਇਸੇ ਲਈ ਬਾਣੀ ਗੁਰੂ ਜੀ ਨੇ ਕਿਹਾ ਹੈ ਕਿ ਲੋਕ ਵੰਡੇ ਹੋਏ ਨੇ ਖੱਤਰੀਆਂ ਵਿੱਚ, ਬਾਹਮਣਾਂ ਵਿੱਚ, ਸ਼ੂਦਰਾਂ ਵਿੱਚ, ਵੈਸ਼ਾਂ ਵਿੱਚ, ਪਰ ਬਾਣੀ ਜੋ ਹੈ ਇਹ ਖੱਤਰੀ, ਬਾਹਮਣ, ਸ਼ੂਦ, ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਧਰੇ ਸੋ ਕਲਮ ਹੈ ਘੱਟ ਘੱਟ ਨਾਨਕ ਮਾਏ। ਇਸ ਲਈ ਗੁਰਬਾਣੀ ਨੂੰ ਅਸੀਂ ਕਿਸੇ ਖਾਸ ਵਿਅਕਤੀ ਨਾਲ, ਕਿਸੇ ਖਾਸ ਘਟਨਾ ਨਾਲ ਨਹੀਂ ਜੋੜ ਸਕਦੇ। ਹਾਂ, ਇਹ ਇਤਿਹਾਸ ਵਿੱਚ ਲਿਖਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਇਹ ਬਾਣੀ ਇੱਥੋਂ ਸਲੋਕ ਲਿਖ ਕੇ ਭੇਜੇ ਸਨ। ਪੁਰਾਤਨ ਗਿਆਨੀਆਂ ਦਾ ਇਹ ਵੀ ਖਿਆਲ ਸੀ ਕਿ ਇਹਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਇਹ ਲਿਖਿਆ ਕਿ ਸੰਗ ਸਖਾ ਸਭ ਤਜ ਗਏ ਕਹੁ ਨਾ ਨਿਭਿਓ ਸਾਥ, ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਇਹਦੇ 'ਚ ਇੱਕ ਸਲੋਕ ਆਉਂਦਾ ਹੈ ਜਿਸ ਵਿੱਚ ਬਲ ਛੁਟਕੇ ਹੋ ਬੰਧਨ ਭਰੇ ਕਛੂ ਨਾ ਹੋ ਤਿਓ ਪਾਏ, ਕਹੁ ਨਾਨਕ ਅਬ ਓਟ ਹਰ ਗਾਜਿਓ ਹੋ ਸਹਾਏ। ਪੁਰਾਤਨ ਵਿਦਵਾਨ ਕਹਿੰਦੇ ਸਨ ਅਤੇ ਕਈ ਲਿਖਤੀ ਬੀੜਾਂ ਵਿੱਚ ਪੜ੍ਹਿਆ ਸੀ ਕਿ ਇਹਦੇ ਜਵਾਬ ਵਿੱਚ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਲਿਖਿਆ ਕਿ ਬਲ ਹੋਆ ਬੰਧਨ ਛੁਟੇ ਸਭ ਕੁਛ ਹੋ ਤਿਓ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮੀ ਹੋ ਸਹਾਏ। ਪਰ ਅੱਜ ਦੀ ਖੋਜ ਵਿੱਚ ਇਸ ਗੱਲ ਨੂੰ ਨਹੀਂ ਪਰਵਾਨਿਆ ਗਿਆ। ਇਹ ਸਾਰੀ ਬਾਣੀ ਗੁਰੂ ਤੇਗ ਬਹਾਦਰ ਜੀ ਦੀ ਹੈ, ਪਰ ਪਹਿਲੀਆਂ ਲਿਖਤੀ ਬੀੜਾਂ ਵਿੱਚ ਦਾਸ ਨੇ ਪੜ੍ਹਿਆ ਕਿ ਪਾਤਸ਼ਾਹੀ ਦਸਵੀਂ ਲਿਖਿਆ ਹੁੰਦਾ ਸੀ, ਪਰ ਉਹ ਗੱਲ ਪਰਖ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ, ਇਸ ਲਈ ਉਹਦਾ ਹੁਣ ਜ਼ਿਕਰ ਨਹੀਂ। ਬਾਣੀ ਗੁਰੂ ਤੇਗ ਬਹਾਦਰ ਜੀ ਦੇ ਇਹ ਸਲੋਕ ਵਿਸ਼ੇਸ਼ ਕਰਕੇ ਔਰੰਗਜ਼ੇਬ ਦੀ ਕੈਦ ਵਿੱਚੋਂ ਲਿਖ ਕੇ ਭੇਜੇ, ਜਿਹਦਾ ਵਿਸ਼ਾ ਵਸਤੂ ਸੀ ਵੀ ਪਰਿਵਾਰ ਨੂੰ ਧੀਰਜ ਹੋਵੇ, ਮਾਤਾ ਜੀ ਨੂੰ, ਮਾਤਾ ਨਾਲ ਸਭ ਨੂੰ ਧੀਰਜ ਦਿੱਤਾ ਅਤੇ ਉਹ ਧੀਰਜ ਸਾਨੂੰ ਸਾਰਿਆਂ ਨੂੰ ਚਾਹੀਦਾ। ਗਿਆਨੀ ਜੀ, ਜਿਸ ਤਰ੍ਹਾਂ ਅਸੀਂ ਨਿਤਨੇਮ ਕਰਦੇ ਹਾਂ, ਸਵੇਰ ਦਾ ਟਾਈਮ ਹੁੰਦਾ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਜਾਪ ਸਾਹਿਬ ਦਾ ਪਾਠ ਕਰਦੇ ਹਾਂ, ਸ਼ਾਮ ਨੂੰ ਰਹਿਰਾਸ ਸਾਹਿਬ ਦੀ ਬਾਣੀ ਹੁੰਦੀ ਹੈ ਅਤੇ ਰਾਤ ਨੂੰ ਸੌਣ ਵਾਲੇ ਕੀਰਤਨ 16-16 ਸਾਹਿਬ ਦਾ ਪਾਠ ਹੁੰਦਾ, ਅਤੇ ਜਾਣਨਾ ਚਾਹਾਂਗੇ ਜੋ ਨੌਵੇਂ ਮਹੱਲੇ ਦੀ ਬਾਣੀ ਹੈ ਕਿ ਕੋਈ ਇਸ ਬਾਣੀ ਨੂੰ ਵੀ ਪੜ੍ਹਨ ਦਾ ਕੋਈ ਸਮਾਂ ਨਿਰਧਾਰਿਤ ਹੈ? ਕਿਉਂਕਿ ਅਸੀਂ ਦੇਖਦੇ ਹਾਂ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਤਾਂ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ, ਜਦੋਂ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਆਉਂਦੇ ਨੇ ਤਾਂ ਵੀ ਇਹ ਬਾਣੀ ਦਾ ਉਚਾਰਨ ਹੁੰਦਾ, ਕਿਸ ਤਰ੍ਹਾਂ? ਐਸਾ ਹੈ, ਤੁਹਾਡਾ ਸਵਾਲ ਤੇ ਬੜਾ ਮਹੱਤਵਪੂਰਨ ਹੈ, ਕਿਉਂਕਿ ਅੱਜ ਮੈਂ ਦੇਖਦਾ